ਹਾਂ ਜੀ ਦੋਸਤੋ, ਸਤਿ ਸ੍ਰੀ ਅਕਾਲ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ। ਸੋ ਦੋਸਤੋ, ਅੱਜ ਖੜ੍ਹੇ ਹਾਂ ਪਿੰਡ ਕੋਟ ਬੁੱਢਾ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਕੋਟ ਬੁੱਢਾ ਪਿੰਡ ਦੋਸਤੋ ਬਿਲਕੁਲ ਨੇੜੇ ਪਿੰਡ ਸੀ ਤੋਂ, ਦੁੱਬਲੀ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ, ਅਤੇ ਜੱਲੋਗੇ ਪਿੰਡ ਵੀ ਬਿਲਕੁਲ ਲਾਗੇ ਆ, ਅਤੇ ਬੰਨ ਦੇ ਬਿਲਕੁਲ ਨਾਲ ਵੀਰ ਗੁਰਬਾਜ ਸਿੰਘ ਹੋਣਾ ਦੇ ਘਰ ਆ। ਸੋ ਕੋਟ ਬੁੱਢਾ ਤਕਰੀਬਨ ਇੱਥੋਂ ਕੋਈ ਅੱਧਾ ਕੁ ਕਿਲੋਮੀਟਰ ਦੀ ਦੂਰੀ 'ਤੇ ਰਹਿ ਜਾਂਦਾ, ਅਤੇ ਸਤਲੁਜ ਦਾ ਕੰਢਾ ਵੀ ਬਿਲਕੁਲ ਲਾਗੇ ਆ ਦਰਿਆ ਦਾ। ਜੇਕਰ ਕੋਈ ਵੀਰ ਫਿਰੋਜ਼ਪੁਰ ਵਾਲੀ ਸਾਈਡ ਤੋਂ ਆ ਰਿਹਾ ਦੋਸਤੋ, ਅਤੇ ਹਾਰਫਕਿਆਂ ਤੋਂ ਨਵਾਂ ਪੁਲ ਆ ਜਿਹੜਾ ਕੋਟ ਬੁੱਢੇ ਨੂੰ ਜਾਂਦਾ, ਠੀਕ ਆ ਜੀ, ਅਤੇ ਬਿਲਕੁਲ ਇੱਥੋਂ ਥੋੜ੍ਹੀ ਦੂਰੀ ਆ ਨਵੇਂ ਪੁਲ ਦੀ। ਅੱਜ ਤਰੀਕ 29 ਜੂਨ, ਅਤੇ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30-2 ਵਜੇ ਦਾ। ਜ਼ਿਆਦਾਤਰ ਵੀਰ ਵਿਹੜਾ ਲੈ ਕੇ ਆਉਂਦਾ ਦੋਸਤੋ, ਪਿਛਲੀਆਂ ਵੀਡੀਓ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ, ਇਸ ਘਰੋਂ ਜ਼ਿਆਦਾਤਰ ਵਿਹੜਾ ਆਉਂਦੀਆਂ ਨੇ ਵਿਕਰੀ ਵਾਲੀਆਂ। ਅੱਜ ਇਸ ਵੀਡੀਓ ਵਿੱਚ 2 ਵਿਹੜਾ ਤੁਹਾਨੂੰ ਦਿਖਾਉਣੀਆਂ, ਦੋਵੇਂ ਗੱਭਣ ਆ, ਤਿਆਰੀ ਵਾਲੀਆਂ ਨੇ, ਕੋਈ ਹਫ਼ਤਾ ਹਜੇ ਸਮਾਂ ਬਾਕੀ ਆ। ਸੋ ਪੂਰੀ ਡਿਟੇਲ, ਪੂਰਾ ਸਟਰਕਚਰ ਇਹਨਾਂ ਵਿਹੜਿਆਂ ਦਾ ਤੁਹਾਨੂੰ ਦਿਖਾ ਦਾਂਗੇ ਆਪਾਂ ਤਸੱਲੀ ਦੇ ਨਾਲ। ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਸਾਰੇ ਭਰਾਵਾਂ ਨੂੰ ਸਮਝ ਵਿੱਚ ਆ ਸਕੇ। ਅਤੇ ਖਾਸ ਵਿਜਿਟ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਦੇ ਹਾਂ, ਪਿੰਡ ਕੋਟ ਬੁੱਢੇ ਵਿਜਿਟ ਕਰਨੀ ਆ ਤੁਸੀਂ, ਆਓ ਲੈਂਦੇ ਹਾਂ ਵਧੇਰੇ ਡਿਟੇਲ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਗੁਰਬਾਜ ਸਿੰਘ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਹੋਰ ਕੀ ਹਾਲ ਜੀ? ਬਹੁਤ ਵਧੀਆ ਵੀਰ ਜੀ, ਠੀਕ ਠਾਕ ਜੀ? ਹਾਂਜੀ ਹਾਂਜੀ, ਵਧੀਆ ਜੀ। ਠੀਕ ਆ ਜੀ, ਠੀਕ ਆ। ਤੇ ਵੀਰ ਗੁਰਬਾਜ, ਵਿਹੜਾ ਵੈਸੇ ਆਈ ਜਾਂਦੇ, ਪਸ਼ੂ ਵਿਕੀ ਜਾਂਦੇ ਆ ਵਧੀਆ? ਹਾਂਜੀ ਹਾਂਜੀ, ਉਸੇ ਵੇਲੇ ਜਾਂਦੇ ਸੀ। ਠੀਕ ਹੈ ਵੀਰੇ, ਤੇ ਅੱਜ ਆਪਣੇ ਕੋਲ 2 ਵਿਹੜਾ, ਮੈਨੂੰ ਤਾਂ ਦੋਵੇਂ ਗੱਭਣੇ ਅੱਜ, ਹਨਾ? ਹਾਂਜੀ ਹਾਂਜੀ, ਗੱਭਣਾ ਹੈ। ਠੀਕ ਆ, ਲੈ ਜਾਣਗੇ ਹਜੇ ਹਫ਼ਤਾ ਹਫ਼ਤਾ? ਆਹ ਥੋੜ੍ਹੇ ਜ਼ਿਆਦਾ ਦਿਨ ਵੀ ਲਿਖ ਸਕਦੀ ਹੈ, 8 ਤੋਂ 10। ਇਹ 8 ਤੋਂ 10 ਵੀ ਲੈ ਕੇ ਜਾ ਸਕਦੀ ਹੈ, 1 ਹਫ਼ਤੇ ਦੇ ਅੰਦਰ ਬਾਰਾ ਇਹ ਸੁਭੂਗੀ? ਹਾਂਜੀ, ਇਹ ਸੁਭੂਗੀ। ਠੀਕ ਹੈ ਜੀ, ਤਾਂ ਤੁਸੀਂ ਵੈਸੇ ਦੋਨੋਂ ਤਿਆਰੀ ਵਾਲੀਆਂ ਨੇ, ਠੀਕ ਆ ਜੀ, ਇੱਕ ਕੋਈ 10 ਕੁ ਦਿਨ ਲੈ ਜੂਗੀ, 1 ਹਫ਼ਤੇ ਕੁ ਡੇਢ ਗੇੜ ਸੁਭੂਗੀ। ਤੇ ਸ਼ੁਰੂਆਤ ਵੀਰ ਗੁਰਬਾਜ ਇੱਥੋਂ ਕਰ ਲੈਂਦੇ ਆ, ਪਹਿਲੇ ਨੰਬਰ ਵਾਲੀ ਇਸੇ ਵੈੜ ਤੋਂ ਕੀ ਡਿਟੇਲ ਆ, ਸੁਬਾ ਕਿਨਮਾ ਫਿਰ ਮੰਨਦੇ ਪਏ? ਇਹ ਸਾਨੂੰ ਦੂਜਾ ਕਰਕੇ ਦਾਣਾ ਪਤਾ, ਤੀਜਾ ਵੀ ਮੰਨ ਲੈ। ਅੱਛਾ ਜੀ, ਜਿੱਥੋਂ ਮਗਰੋਂ ਖਰੀਦੀ ਆਪਾਂ ਦੂਜਾ ਕਿਹਾ ਸੀ ਉਹਨਾਂ ਨੇ। ਹਾਂਜੀ ਹਾਂਜੀ, ਚਲੋ ਅੱਗੇ ਵੀ ਆਪਦੀ ਸਮਝਣਾ, ਤੀਜਾ ਮੰਨ ਲਿਆ, ਤੀਜਾ ਮੰਨ ਲਿਆ। ਲਓ ਦੋਸਤੋ, HF ਦੇ ਵਿੱਚ ਕ੍ਰੋਸ ਹੈਗਾ, ਠੀਕ ਹੈ ਜੀ, HF ਕ੍ਰੋਸ ਬ੍ਰੀਡ ਦੇ ਵਿੱਚ ਆ, ਬਾਕੀ ਸੋਹਣੇ ਕੱਦ ਕਾਠ ਦੇ ਵਿੱਚ, ਤੇ ਚੰਗੀ ਜੰਮੀ ਪਲੀ ਆ ਵੇਖੋ ਜੀ, ਵਜਨ ਲੋਡ ਪੂਰਾ ਵੈੜ ਦਾ, ਬਾਕੀ ਢਿੱਲ ਢੁੱਲ ਬਹੁਤ ਜ਼ਿਆਦੀ ਆ ਲੇਵੇ ਦੇ ਵਿੱਚ, ਤੁਸੀਂ ਇਹ ਦੇਖੋਗੇ ਢਿੱਲ ਕਾਫੀ ਆ, ਲੜਾਂ ਲੁੜਾਂ ਬਹੁਤ ਜ਼ਿਆਦੀਆਂ ਨੇ। 10 ਕੁ ਦਿਨ ਘੱਟੋ ਘੱਟ ਅਪਰੋਕਸੀਮੇਟਲੀ 10 ਕੁ ਦਿਨ ਤੁਸੀਂ ਮੰਨ ਕੇ ਸੌਦਾ ਕਰਿਓ ਵੀ 10 ਦਿਨ ਹਜੇ ਲੈ ਜੂਗੀ। ਆਹ ਦੇਖੋ ਜੀ, ਸੋ ਥਾਣ ਥੁਣ ਕੁਆਲਿਟੀ ਵੇਖੋ, ਲਓ ਜੀ ਬਹੁਤ ਵਧੀਆ ਥਾਣ ਦੋਸਤੋ, ਸਾਈਜ਼ ਵਿੱਚ ਬਹੁਤ ਵਧੀਆ, ਬਾਕੀ ਵਿਰਲ ਵਿਰਲ ਵੀ ਤਾਂ ਕਰਮ ਵਾਲੀ ਜਿਵੇਂ ਜਿਵੇਂ ਲੇਵਾ ਭਰ ਕੇ ਹਜੇ ਦੋਸਤੋ ਹੋਰ ਲੇਅਰ ਵਿਰਲ ਜਿਹੜੀ ਆ ਸਾਹਮਣੇ ਪੇਸ਼ ਕਰੂਗੀ। ਬਾਕੀ ਇੱਕ ਇੱਕ ਸਾਈਡ ਤੋਂ, ਬਹਿਣੀ ਸਾਈਡ ਤੋਂ ਤੁਹਾਨੂੰ ਇਧਰੋਂ ਦਿਖਾ ਦਿੰਦੇ ਹਾਂ, ਆਹ ਦੇਖੋ। ਬਾਕੀ 10 ਦਿਨ ਲਾ ਜਾਣਾ। ਹਾਂ, ਪਿੱਛੋਂ ਪੁੱਛਿਆ ਸੀ ਕੋਈ ਘਰੋਂ ਜੀ, ਕੋਈ ਦੁੱਧ ਦੁੱਧ ਦਾ ਵੇਰਵਾ ਕਿੰਨਾ ਕੁ ਮਗਰਲੇ ਸੂਏ ਚਵਾਉਂਦੀ ਰਹੀ ਹੈ? ਦੁੱਧ ਦਾ 18 ਕਹਿੰਦੇ ਸੀ, 18 ਕੁ ਲੀਟਰ ਸੀ। ਠੀਕ ਹੈ ਜੀ, ਲਓ ਦੱਸੋ, 18 ਕੁ ਲੀਟਰ ਮਿਲਕਿੰਗ ਜਿਹੜੀ ਕਰਵਾਈ ਹੈ ਇਸਨੇ ਪਹਿਲੇ ਸੂਬਿਆਂ ਦੇ ਦੌਰਾਨ, ਅਤੇ ਤਕਰੀਬਨ ਜਿਹੋ ਜਿਹਾ ਕੱਦ ਕਾਠ ਆ, ਜਿਹੋ ਜਿਹਾ ਸਰੀਰਕ ਢਾਂਚਾ ਇਸ ਬੈਡ ਦਾ, ਇੰਨੀ ਕੁ ਉਮੀਦ ਆਪਾਂ ਕਰ ਸਕਦੇ ਹਾਂ। ਵੈਸੇ ਦਿਨ ਥੋੜ੍ਹੇ ਜਿਹੇ ਫਰਕੇ ਹੋ ਜਾਣ, ਅਤੇ ਹੋ ਸਕਦਾ ਵੀ 18 ਤੋਂ ਪਲੱਸ ਵੀ ਚਵਾ ਦੇ, ਨਹੀਂ ਤਾਂ 18 ਲੀਟਰ ਦੁੱਧ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ, ਠੀਕ ਆ ਜੀ, ਕਹਿ ਨੂੰ ਜੋ ਮਰਜ਼ੀ ਕਹਿ ਦਈਏ, 18 ਲੀਟਰ ਕਾਫੀ ਮਿਲਕ ਹੁੰਦਾ, ਅਤੇ ਥਣ ਦੇ ਵੀ ਸਾਫ਼ ਸੁਥਰੀ। ਅੱਛਾ ਵੀਰ ਗੁਰਬਾਜ, ਬਾਕੀ ਤਿੱਪਣ ਤੁੱਪਣ ਦੀ ਆਪਣੀ ਪੂਰੀ ਤਸੱਲੀ ਆਪਾਂ? ਹਾਂਜੀ ਪੂਰੀ, ਜਿਹੜਾ ਕੋਈ ਖੜੇ ਦੇ ਤਸੱਲੀ ਕਰਕੇ ਖੜੇ ਨੂੰ। ਹਾਂ ਠੀਕ ਆ ਜੀ, ਆਪਾਂ ਤਸੱਲੀ ਕਰਕੇ ਲਿਆਂਦੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਲਿਆਓ ਵੀਰ ਖੋਲ ਕੇ ਤੋੜ ਕੇ ਦਿਖਾ ਦਈਏ। ਤਾਂ ਦੋਸਤੋ ਆਪਣੀ ਤਸੱਲੀ ਜਿਹੜੀ ਆ ਵੀਰਾਂ ਦਾ ਵੀ ਆਪਾਂ ਮੁਕੰਮਲ ਕੀਤੀ ਆ, ਤਾਂ ਲੈ ਕੇ ਆਇਆ ਪਸ਼ੂ, ਠੀਕ ਹੈ ਜੀ, ਕਿਉਂਕਿ ਪਸ਼ੂ ਦੀ ਨਿਰਖ ਪਰਖ ਪਹਿਲਾਂ, ਜਾਂਚ ਪਰਖ ਜਿਹੜੀ ਪਹਿਲਾਂ ਕਰਨੀ ਜ਼ਰੂਰੀ ਆ। ਸੋ ਆਪ ਕੋਈ ਭਰਾ ਆ ਕੇ ਆਉਂਦਾ, ਠੀਕ ਹੈ ਜੀ, ਅਤੇ ਜ਼ਰੂਰ ਤੁਸੀਂ ਜਿਹੜੀ ਤਸੱਲੀ ਕਰਕੇ ਲੈ ਕੇ ਜਾਇਓ।
ਕਿਉਂਕਿ ਗੱਬਣ ਪਸ਼ੂ ਆ, ਕਿਉਂ ਤੁਹਾਨੂੰ ਤੇ ਆਪਣੀ ਭਰਾ ਕੇ ਤਸੱਲੀ ਕਰਨਾ, ਬਿਲਕੁਲ ਹਰ ਇੱਕ ਭਰਾ ਦਾ ਫਰਜ਼ ਬਣਦਾ। ਰੰਗ ਪ੍ਰਿੰਟ ਬਾਕੀ ਫੈਸ਼ਨ ਡਿਜ਼ਾਇਨ ਚੰਗਾ ਸੀਗਾ, ਪ੍ਰਿੰਟ ਪ੍ਰੁੰਟ ਵਧੀਆ ਤੇ ਬਿਲਕੁਲ ਵਾਈਟ ਤੇ ਬਲੈਕ ਡੱਬ ਤੁਸੀਂ ਉਸੇ ਤਰ੍ਹਾਂ ਦੇਖ ਰਹੇ ਜੇ ਬੈਠ ਕੇ। ਆਹ ਦੇਖੋ ਜੀ, ਸੋ ਸੀਲ ਸੂਲ ਪੂਰੀ ਆ, ਠੀਕ ਆ ਜੀ, ਸੀਲੀਆਂ ਸੂਲੀਆਂ ਵੇਖੋ ਵੀ ਠੰਡੀ ਧੇਰੀ ਸੀਲ ਸਲੱਗ। ਠੀਕ ਹੈ ਵੀਰ, ਸੋ 10-8 ਦਿਨਾਂ ਦੇ ਵਿੱਚ ਦੋਸਤੋ ਪੂਰੀ ਤਿਆਰੀ ਤੇ ਹੋਊਗੀ। ਹੋ ਸਕਦਾ ਵੀ ਪਸ਼ੂ 1-2 ਦਿਨ ਪਹਿਲਾਂ ਸੂਪੇ, 10 ਦਿਨਾਂ ਦਾ ਆਪਾਂ ਵੇਰਵਾ ਤਾਂ ਪਾਇਆ ਵੀ ਘੱਟੋ ਘੱਟ ਵੀ ਅੰਦਾਜ਼ਾ ਇੰਨਾ ਲੱਗਦਾ ਵੀ ਕੋਈ 10 ਕੁ ਦਿਨ। ਹਾਂਜੀ, ਠੀਕ ਹੈ ਜੀ। ਗੁਰਬਾਜ ਭਾਈ ਕੀ ਕਰਦੇ ਡਿਮਾਂਡ ਦੀ? ਡਿਮਾਂਡ ਦੀ 65 ਆ, 2000 ਛੋਟ ਕਰ ਦਾਂਗੇ, 63,000 ਦੀ। ਹਾਂਜੀ ਠੀਕ ਹੈ ਜੀ, ਬਾਕੀ ਕੋਈ ਸੱਜਣ ਆ ਜਾਂਦਾ ਹੋਰ ਵੀ ਮੌਕੇ ਤੇ ਮਾਨ ਕੋਈ ਨਹੀਂ ਕਰ ਦਾਂਗੇ, ਕਰ ਦਾਂਗੇ ਜੀ। ਲਓ ਵੀ ਦੋਸਤੋ 63,000 ਦੀ ਇਹ ਤੁਹਾਨੂੰ ਮਿਲ ਜੂਗੀ, 65,000 ਡਿਮਾਂਡ ਕੀਤੀ ਆ, ਵਿੱਚੋਂ 2,000 ਲੈਸ ਆ। ਬਾਕੀ ਫਿਰ ਵੀ ਕਿਸੇ ਵੀਰ ਦੇ ਘਰ ਆਏ ਦਾ ਮਾਨ ਤਾਂ ਜਿਹੜਾ ਦੋਸਤੋ ਮੌਕੇ ਤੇ ਹੋ ਜਾਂਦਾ, ਜ਼ਰੂਰ ਤੁਸੀਂ ਸੰਪਰਕ ਕਰ ਲਿਓ, ਘਰੇ ਆਣ ਕੇ ਆਪਦੀ ਨਰਖ ਪਰਖ ਕਰ ਲਿਓ, ਆਣ ਕੇ ਆਪਣੀ ਅੱਖੀ ਦੇਖ ਲਿਓ, ਠੀਕ ਆ। ਬਾਕੀ ਝੋਲਾ ਝਾਲਾ ਕਾਫੀ ਆ, ਝੋਲ ਝਾਲ ਕਾਫੀ ਜ਼ਿਆਦਾ, ਹਵਾਨਾ ਲੇਵਾ ਤੁਸੀਂ ਵੇਖੋ, ਠੀਕ ਆ ਜੀ। ਸੋਹਣਾ ਵਿਖਾਲਾ ਕਰਮ ਵਾਲੀ ਤਿਆਰ ਕਰਦੀ ਪਈ ਆ, ਲਾਏ ਬਣਾਏ ਤੁਸੀਂ ਜਿੰਨਾ ਵੇਖੋਗੇ ਤੁਹਾਡੇ ਸਾਹਮਣੇ ਆ। ਢਿੱਲ ਬਹੁਤ ਜ਼ਿਆਦੀ ਆ, ਆਹ ਵੇਖੋ ਤੁਸੀਂ ਗਿੱਠ ਬਾਹਰ ਨੂੰ ਹਜੇ ਢਿੱਲ ਆਉਂਦੀ ਆ, ਠੀਕ ਆ, ਠੀਕ ਆ ਜੀ। ਤੋ ਸੀਲ ਸੂਲ ਬਹੁਤ ਵਧੀਆ ਦੋਸਤੋ, ਸੀਲੀਆਂ ਸੂਲੀਆਂ ਕਰਮ ਵਾਲੀ ਦੇ ਵਿੱਚ ਫੁੱਲ ਬੜਾ ਫੁੱਲ ਨੇ। ਤੇ ਜ਼ਰੂਰ ਮੇਰਾ ਵੀਰ ਕੋਈ ਚਾਹ ਬਣ ਤੁਸੀਂ ਹੱਥ ਪਾ ਲਿਓ 63,000 ਦੇ ਵਿੱਚ। ਲੈ ਵੀ ਵੀਰ ਗੁਰਬਾਜ, ਸੈਕਿੰਡ ਨੰਬਰ ਤੇ ਜਿਹੜੀ ਆਹ ਵੈਡ ਆਪਣੇ ਕੋਲ ਖੜੀ ਆ, ਇਹਦਾ ਸੂਆ ਕਿਵੇਂ? ਇਹਦਾ ਪਿਓਰ ਦੂਜਾ ਸੂਆ ਜੀ, ਪਿਓਰ ਦੂਜਾ। ਹਾਂਜੀ, ਇਹਦੇ ਦਿਨ ਵੈਸੇ ਕਿੰਨੇ ਕੁ ਬਾਕੀ ਆ? ਇਹਦੇ ਦਿਨ ਵੀ 2-3 ਤਾਂ ਕਹਿੰਦੇ, ਵੇਖ ਲਓ ਹੁਣ ਕਿੰਨੇ। 2 ਜੁਲਾਈ ਨੂੰ? ਹਾਂਜੀ, 5-6 ਦਿਨ ਹਜੇ। ਹਾਂਜੀ ਹਾਂਜੀ, ਲਓ ਦੱਸੋ, 5-6 ਦਿਨ ਦੱਸਣ ਮੁਤਾਬਕ ਆ, 5-6 ਦਿਨ ਹਜੇ ਪੇਂਡਿੰਗ ਆ। ਤੇ ਸੂਆ ਇਸ ਵੈਡ ਦਾ ਦੂਜਾ ਸੂਣਾ ਆ, ਫੇਸ ਕੁਆਲਿਟੀ ਤੋਂ, ਠੀਕ ਆ ਜੀ, ਬਿਲਕੁਲ ਛੋਟੇ ਜਿਹੇ ਫੇਸ ਦੇ ਵਿੱਚ ਆ, ਛੋਟੇ ਜਿਹੇ ਕੰਨ ਤੇ ਆਰਡਰ ਉਡਰ ਬਿਲਕੁਲ ਆ ਤੁਹਾਡੇ ਸਾਹਮਣੇ ਆ, ਫਿਕਸ ਹਵਾਨੇ ਚੱਡੇ ਦੇ ਵਿੱਚ ਆ। ਵੀ ਬਿਲਕੁਲ ਇੱਕ ਆਪਾਂ ਕਹਿ ਲਈਏ ਵੀ ਦੋਸਤੋ, ਨਸਲ ਬਰੀਡ ਦੀਆਂ ਵੈਡ ਨੂੰ ਜਿੱਦਾਂ ਦਾ ਚੱਡਾ ਲੱਗਾ ਹੁੰਦਾ, ਬਿਲਕੁਲ ਫਿਕਸ ਚੱਡਾ, ਠੀਕ ਆ। ਹੱਥੀ ਚਵਾਈ ਦਾ ਥਣ, ਉਹ ਕੱਲੀ ਕਹਿਣ ਵਾਲੀ ਗੱਲ ਨਹੀਂ ਗੀ ਦੋਸਤੋ, ਹੱਥੀ ਚਵਾਈ ਵਾਲਾ ਥਣ ਪੂਰਾ ਮੁੱਠੀ ਮੁੱਠੀ ਥਣਾ ਵੇਖੋ, ਵੰਡਾ ਵੰਡਾ ਬਹੁਤ ਸੋਹਣੀਆਂ ਨੇ, ਨਖੇੜ ਆਪਸੀ ਥਣਾਂ ਦਾ ਕਾਫੀ ਜ਼ਿਆਦਾ ਖੂਬਸੂਰਤ ਤੇ ਬਿਲਕੁਲ ਤਿਆਰੀ ਵਾਲੀ ਤੁਸੀਂ ਮੰਨ ਕੇ ਇਹ ਖਰੀਦਦਾਰੀ ਕਰ ਲਿਓ। ਦਿਨ ਹਜੇ 5 ਲੈ ਜੇ, 4 ਲੈ ਜੇ, ਬਾਕੀ ਨਿੱਗਰ ਆ, ਪਿੰਡੇ ਪੁੰਡੇ ਦੀ ਪੂਰੀ ਨਿੱਗਰ ਆ, ਹਵਾਨਾ ਪੂਰਾ ਨਿੱਗਰ ਆ, ਪਿੰਡੇ ਦੀ ਨਿੱਗਰ, ਠੀਕ ਆ। ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ, ਸੈਕਿੰਡ ਟਾਈਮਰ ਦੂਜਾ ਸੂਆ ਇਸ ਬੈਡ ਨੇ ਸੋਣਾ। ਪਸ਼ੂ ਵੀਰ ਦੋਸਤੋ ਸਾਫ਼ ਸੁਥਰੇ ਲੈਂਦਾ, ਠੀਕ ਆ ਜੀ, ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾਏ ਆ, ਚੰਗੇ ਸਾਫ਼ ਸੁਥਰੇ ਪਸ਼ੂ ਹੁੰਦੇ ਆ ਤੇ ਜਿੰਨਾ ਰੇਟ ਦੋਸਤੋ ਮੰਗਿਆ ਜਾਂਦਾ, ਮੈਨੂੰ ਲੱਗਦਾ ਵੀ ਪਰਫੈਕਟ ਹੀ ਹੁੰਦਾ, ਉਨਾ ਕੁ ਰੇਟ ਮੰਗਿਆ ਜਾਂਦਾ ਜਿੰਨਾ ਕੁ ਲੈ ਲੈਣਾ। ਫਿਲਹਾਲ ਆ ਤੁਸੀਂ ਇੱਕ ਵਾਰੀ ਤੋਰਾ ਤੁਹਾਨੂੰ ਪੂਰੀ ਚਲਾ ਕੇ ਆਪਾਂ ਦਿਖਾ ਰਹੇ ਹਾਂ, ਆਹ ਕਰੋ ਚੱਕ ਜੀ, ਠੀਕ ਹੈ ਜੀ। ਲਓ ਜੀ, ਠੀਕ ਹੈ। ਸੋ ਸੀਲ ਸੂਲ ਵਾਲੇ ਪਾਸੇ ਦੋਸਤੋ ਪੂਰੀ ਕਸਰ ਘਾਟਾ, ਠੀਕ ਹੈ ਜੀ, ਸੀਲੀਆਂ ਸੂਲੀਆਂ ਬਹੁਤ ਕਰਮ ਵਾਲੀ ਨੂੰ ਲੱਗੀਆਂ ਨੇ।
ਬਹੁਤ ਵਧੀਆ ਚੰਗੇ ਥਣ ਭਾਂਡੇ ਦੀ ਮਾਲਕ। ਠੀਕ ਹੈ ਜੀ। ਅੱਛਾ ਤੇ ਵੀਰ ਗੁਰਬਾਜ, ਇਹਦੀ ਡਿਮਾਂਡ ਕੀ ਲੈਣ ਦੇਣ ਕਰਦੇ ਪਏ ਜੀ, ਕਿੱਥੋਂ ਤੱਕ ਦੇ ਦਈਏ? ਡਿਮਾਂਡ ਇਹਦੀ 80-85 ਕਰ ਲਈਏ। ਹਾਂ ਤੇ 75,000 ਦੀ। 75 ਦੀ ਯੈਸ ਨੋ ਜੀ? ਆ ਕਰ ਦਾਂਗੇ, 2,000 ਛੋਟ ਕਰਾਂਗੇ। 73 ਦੀ? 73 ਦੀ। ਠੀਕ ਹੈ ਜੀ, ਯੈਸ ਨੋ ਜੀ। ਲਓ ਦੋਸਤੋ, ਤੁਸੀਂ ਵੇਖ ਲਓ ਵੀ ਬਰੀਡ ਬਰੂਡ ਦੇ ਵਿੱਚ ਤੇ ਜਾਂ ਹਾਂ ਲੈਵੇ ਤਾਂ। ਲਓ ਦੋਸਤੋ, 73,000 ਵੀਰ ਗੁਰਬਾਜ ਜਾਂਦਾ ਵੀ ਲਾਸਟ ਜਿਹੜਾ ਲੈਣ ਦੇਣ, ਉਹ 73,000 ਆ। 75,000 ਡਿਮਾਂਡ ਕੀਤੀ ਇਸ ਬੈਡ ਦੀ। ਬਾਕੀ ਬੈਡ ਚੰਗੀ ਆ ਦੋਸਤੋ, ਉਹਦੇ 'ਚ ਕੋਈ ਸ਼ੱਕ ਨਹੀਂਗਾ। ਥਣ ਦੇ ਵੀ ਬੜੀ ਸਾਫ਼ ਸੁਥਰੀ ਆ, ਹਜੇ ਵਿਖਾਲੇ ਦੇ ਵਿੱਚ ਵੀ ਥੋੜ੍ਹੇ ਲੜ ਲੁੜ ਤੁਸੀਂ ਵੇਖੋਗੇ, ਢਿੱਲ ਢੁੱਲ ਹੈਗੀ ਆ ਅਤੇ ਬੜਾ ਸੋਹਣਾ ਟਿਕਾਣੇ ਦਾ ਜੱਡਾ ਦੋਸਤੋ। ਅਤੇ ਥਣ ਇੱਕ ਵਾਰੀ ਤੁਸੀਂ ਫਿਰ ਦੇਖ ਲਓ, ਠੀਕ ਆ ਜੀ। ਹੱਥੀ ਚਵਾਈ ਵਾਲਾ ਮੁੱਠੀ ਥਣ, ਜਿੱਦਾਂ ਮਰਜ਼ੀ ਕੋਈ ਮੇਰਾ ਵੀਰ ਚਾਹੇ ਕੋਈ ਭੈਣ ਭਰਾ ਆਪਣੀ ਤਸੱਲੀ ਕਰ ਸਕਦਾ ਚਵਾਈ, ਕਿਉਂਕਿ ਬਹੁਤੇ ਘਰਾਂ ਦੇ ਵਿੱਚ ਭੈਣਾਂ ਨੇ ਕਰਨੀ ਹੁੰਦੀ ਆ ਹੱਥੀ ਚਵਾਈ ਵਾਲਾ ਥਣ। ਹਾਂਜੀ, ਬਹੁਤ ਸਵਾਦੀ ਥਣ ਦੋਸਤੋ, ਠੀਕ ਆ ਜੀ। ਬਹੁਤ ਸੋਹਣਾ ਥਣ ਭਾਂਡਾ, ਤੇ 73,000 ਦੇ ਵਿੱਚ ਤੁਹਾਨੂੰ ਮਿਲ ਜੂਗੀ। ਤੇ ਵੀਰ ਗੁਰਬਾਜ, ਇੱਕ ਸੰਪਰਕ ਨੰਬਰ ਆਪਣੇ ਬੋਲ ਦਈਏ। ਆਪਣਾ 75। ਹਾਂਜੀ, 28-98-48-20। ਠੀਕ ਹੈ ਜੀ, ਹਾਂਜੀ। ਲਓ ਦੋਸਤੋ, ਇਹ ਨੰਬਰ ਆ ਵੀਰ ਗੁਰਬਾਜ ਦੇ। ਪਸ਼ੂ ਦੋਸਤੋ 2 ਨਾਗ ਚਾਹੇ 3 ਨਾਗ ਆਉਂਦੇ ਆ, ਸਾਫ਼ ਸੁਥਰੇ ਪਸ਼ੂ ਹੁੰਦੇ ਆ। ਸੋ ਪਿਛਲੀਆਂ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਪੂਰੇ ਸਟੈਂਡਰਡ ਦੇ, ਬਹੁਤ ਖੂਬਸੂਰਤ ਚੰਗੀਆਂ ਵਿਹੜਾਂ ਵੀਰ ਲੈ ਕੇ ਆਉਂਦਾ। ਅਤੇ ਬਾਕੀ ਹਰ ਵਾਰ ਆਪਣੀ ਇੱਕ ਰਿਕੁਐਸਟ ਹੁੰਦੀ ਹੈ ਵੀ ਜ਼ਰੂਰ ਤੁਹਾਡੀ ਪਹੁੰਚ ਕਰਨੀ ਵੀ ਲਾਜ਼ਮੀ ਆ। ਸਾਲ ਦੋਸਤੋ 2 ਵੜਾ ਨੇ, ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।